ਇੱਕ ਮਰੀਜ਼ ਪੀਰ ਸਾਹਿਬ ਨੂੰ ਕਹਿੰਦੀ, ਜਨਾਬ ਬਿਜਲੀ ਦਾ ਬਿੱਲ ਬਹੁਤ ਆ ਗਿਆ। ਹਾਂ ਪੀਰ ਸਾਹਿਬ ਨੇ ਪੈਸੇ ਲਏ ਤੇ ਉਹਨੂੰ ਤਵੀਜ਼ ਕਰਕੇ ਦਿੱਤਾ ਤੇ ਬਾਅਦ ਵਿੱਚ ਉਹਨਾਂ ਪੈਸਿਆਂ ਦਾ ਆਪਣਾ ਬਿੱਲ ਜਮ੍ਹਾਂ ਕਰਾਤਾ। ਇਸ ਗਰਮੀ 'ਚ ਮਹਿਬੂਬ ਨੂੰ ਸਿਰਫ ਗੁਲਾਬ ਦੀ ਬਜਾਏ ਸਿਰਫ ਤਰਬੂਜ਼ ਤੋਹਫੇ ਮਿਲ ਗਈ। ਬੰਦਾ ਕੁਝ ਕਹਿ ਵੀ ਨਹੀਂ ਸਕਦਾ ਤੇ ਚੁੱਪ ਰਹਿ ਵੀ ਨਹੀਂ ਸਕਦਾ। ਅਗਰ ਮਹਿਮਾਨ ਅਚਾਨਕ ਘਰ ਆ ਜਾਏ ਤਾਂ ਇੰਗਲੈਂਡ ਕੇ ਲੋਕ ਵੈਲਕਮ ਵੈਲਕਮ, ਅਮਰੀਕੀ ਓ ਡੀਅਰ ਵਾਟ ਅ ਸਰਪ੍ਰਾਈਜ਼, ਤੇ ਸਾਡੇ ਓ ਇਹ ਕਿੱਥੋਂ ਆ ਗਿਆ, ਟੁੱਕੜ ਦਾ ਅਜਾੜਾ ਮਾਰੇ ਗਏ। ਹਾਂ ਮਾਂ ਜਿੱਧਰ ਵੀ ਜਾਣਾ ਚਲੀ ਜਾਏ ਪਰ ਪਹਿਲੇ ਭਾਂਡੇ ਧੋ ਲਾ।